ਸਤਿ ਸ਼੍ਰੀ ਅਕਾਲ ਐਮ ਐਮ ਜਿਵੇਂ ਕਿ ਅੱਜ ਇਹ ਡਾ ਡਵੈਲਪ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਵਾ ਕੀ ਕਹਿਣਾ ਚਾਹਦੇ ਸਭ ਤੋਂ ਪਹਿਲੇ ਆਪਣਾ ਨਾਮ ਦੱਸ ਸਕੂਲ ਦਾ ਹਾਂਜੀ ਮੇਰਾ ਨਾਮ ਕੰਚਨ ਬਲੋਤਰਾ ਹੈ ਮੈਂ ਰਾਇਨ ਇੰਟਰਨੈਸ਼ਨਲ ਸਕੂਲ ਅੰਬੀ ਰਿਸਰਚ ਐਜ਼ ਅ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਅੱਜ ਸਾਡੇ ਸਕੂਲ ਦਾ ਐਨੂਅਲ ਡੇ ਸੀ ਜਿਹੜਾ ਪਈ ਵੀ ਤੋਂ 8ਵੀਂ ਕਲਾਸ ਤੇ ਬੱਚਿਆਂ ਲਈ ਅਸੀਂ ਕੀਤਾ ਗਿਆ ਸੀ ਮੈਂ ਦੱਸ ਦਵਾਂ ਸਾਡੇ ਸਕੂਲ ਜਿਹੜਾ ਹੈ ਇਹਦੀ 150 ਪਲੱਸ ਚੈਂਸ ਨੇ 올 ਓਵਰ ਇੰਡੀਆ ਸਾਡੇ ਸਕੂਲ ਦੇ ਚੇਅਰਮੈਨ ਡਾਕਟਰ ਏ ਐਫ ਪਿੰਟੋ ਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਗ੍ਰੇਸ ਪਿੰਟੋ ਉਹਨਾਂ ਹਰ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹਾਂ ਤੇ ਆਈ ਇਵੈਂਟ ਵੀ ਉਹਨਾਂ ਦੀ ਅਗਵਾਈ ਹੇਠ ਹੀ ਹੋ ਰਿਹਾ ਹੈ। ਇਹਦਾ 메ਨ ਟੌਪਿਕ ਹੈ ਬਿਲਡਿੰਗ ਅ ਬੈਟਰ ਫਿਊਚਰ। ਅਸੀਂ ਇੱਕ ਨਾਟਕ ਪੇਸ਼ ਕੀਤਾ ਜਿਦੇ ਰਸਤੇ ਅਸੀਂ ਦੱਸਿਆ ਕਿ ਅਸੀਂ ਆਪਣੇ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣਾ ਸਕਦੇ ਹਾਂ। ਰੰਗ-ਰੰਗ ਕਾਰਜਕ੍ਰਮ ਵੀ ਕੀਤੇ ਗਏ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਵੀ ਗਾਏ ਬੱਚਿਆਂ ਨੇ। ਬੱਚਿਆਂ ਨੇ ਝਾਂਸੀ ਦਾ ਵੀ ਐਕਟ ਕੀਤਾ। ਪੰਜਾਬੀ ਪੰਗੜਾ ਜਿਹੜਾ ਪੰਜਾਬ ਦਾ ਇੱਕ ਜਾਨ ਹੈ ਪੰਗੜਾ ਉਹ ਵੀ ਬੱਚਿਆਂ ਨੇ ਕੀਤਾ। ਅੱਜ ਸਾਡਾ ਸ਼ੂ ਦੋ ਸਲੋਟ ਵਿੱਚ ਹੋਇਆ ਸੀ ਇੱਕ ਮਾਰਨਿੰਗ ਇੱਕ ਹੁਣ ਈਵਨਿੰਗ ਦੋ ਸਲੋਟ ਵਿੱਚ ਜਿਹਦੇ ਵਿੱਚ ਅਸੀਂ ਮਾਰਨਿੰਗ ਸਲੋਟ ਵਿੱਚ ਸਾਡੇ ਫਰਸਟ ਪੰਜਾਬ ਐਨਸੀਸੀ ਬਟਾਲੀਅਨ ਦੇ ਕਰਨਲ ਸੀ ਮਿਸਟਰ ਅਮਨਦੀਪ ਸਿੰਘ 올ਕ ਤੇ ਹੁਣ ਵਾਲੇ ਵਿੱਚ ਡਿਪਟੀ ਕਮਾਂਡੈਂਟ ਸੀਆਈਐਸਐਫ ਮਿਸਟਰ ਬੀ ਵਿਦਿਆਸਾਗਰ ਉਹ ਸਾਡੇ ਚੀਫ ਗੈਸਟ ਨੇ ਤੇ ਉਹਨਾਂ ਨੇ ਬੱਚਿਆਂ ਨੂੰ ਅਵਾਰਡ ਦੇ ਕੇ ਬੱਚਿਆਂ ਦਾ ਬਹੁਤ ਜ਼ਿਆਦਾ ਮਨੋਬਲ ਬਰਾਇਆ ਅਸੀਂ ਆਪਣੇ ਸਕੂਲ ਦੇ ਹਰ ਕਲਾਸ ਦੇ ਵਿੱਚ ਜਿਹੜੇ ਬੱਚੇ ਬਹੁਤ ਜ਼ਿਆਦਾ ਹਰ ਖੇਤਰ ਵਿੱਚ ਚਾਹੇ ਪੜਾਈ ਹੈ ਚਾਹੇ ਖੇਡਾਂ ਹੈ ਚਾਹੇ ਐਕਟੀਵਿਟੀਆਂ ਹੈ ਉਹਦੇ ਵਿੱਚ ਜਿਹੜੇ ਬੱਚੇ ਟੋਪ ਤੇ ਆ ਰਹੇ ਨੇ ਉਹਨਾਂ ਨੂੰ ਰਾਇਨ ਪ੍ਰਾਈਜ਼ ਅਤੇ ਪ੍ਰਿੰਸੈਸ ਦਾ ਕਿਤਾਬ ਦਿੱਤਾ ਹੈ ਜੀ ਮੈਮ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ এডੂਕੇਸ਼ਨ ਨੂੰ ਲੈ ਕੇ ਵੀ ਕੋ ਸਕੂਲਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਮੈਂ ਹਰ ਸਕੂਲਾਂ ਨੂੰ ਇਹ ਸੁਨੇਹਾ ਦੇਣਾ ਚਾਹ ਰਹੀ ਹਾਂ ਕਿ ਜਿਸ ਤਰ੍ਹਾਂ ਅਸੀਂ ਆਪਣੇ ਚੇਅਰਮੈਨ ਸਰ ਦੇ 12 ਵਿਜਨ ਪੁਆਇੰਟ ਦੇ ਅੰਦਰ ਹਰ ਐਕਟੀਵਿਟੀ ਕਰਾਈਦੀ ਹੈ ਚਾਹੇ ਉਹ এনवायरमेंट ਨਾਲ ਰਿਲੇਟਿਡ ਹੈ ਚਾਹੇ ਲੀਡਰਸ਼ਿਪ ਨਾਲ ਰਿਲੇਟਿਡ ਹੈ ਚਾਹੇ ਉਹ ਫਿਲੰਥਰੋਫੀ ਚੈਰਿਟੀ ਨਾਲ ਰਿਲੇਟਿਡ ਹੈ ਤੇ ਉਸੇ ਤਰ੍ਹਾਂ ਸਭ ਬੱਚਿਆਂ ਦੀ ਔਰ ਇੱਕ ਗੈਸਟ ਸਾਡੇ ਨੇ ਜਿਵੇਂ ਬਹੁਤ ਐਪਰੀਸ਼ੀਏਟ ਕੀਤਾ ਕਿ ਬੱਚੇ ਬਹੁਤ ਕੌਨਫੀਡੈਂਟ ਸੀ ਇੱਕ ਟੀਚਰ ਜਿਹੜਾ ਹੈ ਉਹ ਟੀਚਰ ਹੀ ਬੱਚੇ ਦੀ ਜਿਹੜੀ ਯੋਗਤਾ ਹੈ ਉਹਨੂੰ ਪਹਿਚਾਨ ਸਕਦਾ ਵੈ ਤੇ ਉਹਨੂੰ ਅੱਗੇ ਲਿਆ ਸਕਦਾ ਵੈ ਤੇ ਇਸ ਕਰਕੇ ਮੈਂ ਸਭ ਟੀਚਰਸ ਲਈ ਮੇਰਾ ਇਹੀ ਸੁਨੇਹਾ ਹੈ ਕਿ ਤੁਸੀਂ ਹਰ ਬੱਚੇ ਨੂੰ ਦੇਖੋ ਹਰ ਬੱਚੇ ਵਿੱਚ ਕੋਈ ਨਾ ਕੋਈ ਟੈਲੈਂਟ ਹੈ ਉਹ ਟੈਲੈਂਟ ਨੂੰ ਅੱਗੇ ਲਿਓ ਤਾਂ ਕਿ ਤੁਸੀਂ ਤੁਹਾਡਾ ਵੀ ਨਾਮ ਰੋਸ਼ਨ ਹੋਏ ਤੇ ਬੱਚੇ ਦੇ ਮਾਪੇ ਦਾ ਵੀ ਨਾਮ ਰੋਸ਼ਨ ਹੋਏ ਤੇ ਉਹਨਾਂ ਨੂੰ ਵੀ ਪ੍ਰਾਊਡ ਹੋਵੇ ਕਿ ਹਾਂ ਅਸੀਂ ਆਪਣੇ ਬੱਚਿਆਂ ਨੂੰ ਇੱਕ ਚੰਗੇ ਸਕੂਲ ਵਿੱਚ ਸਿੱਖਿਆ ਦੇਖਿਆ ਨਾ ਕਿ ਬੱਚਿਆਂ ਨੂੰ ਪੜ੍ਹਾਈ ਆਲ ਸ਼ੌਂਕ ਕੱਟਦੇ ਹੋ ਹੋਰ ਕੰਮ ਜਿਆਦਾ ਸ਼ੌਂਕ ਹੁੰਦਾ ਵਾ ਉਹਨਾਂ ਨੂੰ ਕਿੱਦਾਂ ਤੁਸੀਂ ਹੈਂਡਲ ਕਰਦੇ ਹੋ ਦੇਖੋ ਕੋਈ ਬੱਚਾ ਅਗਰ ਪੜ੍ਹਾਈ ਦੇ ਵਿੱਚ ਕੱਟ ਹੈ ਸ਼ੌਂਕ ਦੂਸਰੇ ਕੰਮ ਵਿੱਚ ਹੈ سپورٹس ਵਿੱਚ ਹੈ ਤੇ ਅਸੀਂ ਹਰ ਚੀਜ਼ ਦਾ ਇੱਕ ਬੈਲੈਂਸ ਬਣਾਇਆ ਹੋਇਆ ਹੈ ਜਿਹੜਾ ਬੱਚਾ ਪੜ੍ਹਾਈ ਦੇ ਵਿੱਚ ਇੰਟਰਸਟ ਨਹੀਂ ਦਿਖਾਉਂਦਾ ਉਹ ਬੱਚੇ ਨੂੰ ਟੀਚਰ ਸਪੈਸ਼ਲ ਰੇਮੀਡੀਅਲ ਟੀਚਿੰਗ ਦਿੰਦੇ ਨੇ ਪੇਰੈਂਟ ਦੇ ਨਾਲ ਗੱਲਬਾਤ ਕਰਦੇ ਨੇ ਉਹਦਾ ਕਾਰਨ ਜਾਣਦੇ ਨੇ ਕਿ ਕੀ ਗੱਲ ਹੈ ਬੱਚੇ ਦਾ ਪੜ੍ਹਾਈ ਦੇ ਵਿੱਚ ਇੰਟਰਸਟ ਕਿਉਂ ਨਹੀਂ ਹੈ ਬੱਚੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਸਕੂਲ ਵਿੱਚ ਸਪੈਸ਼ਲ ਐਜੂਕੇਟਰ ਨੇ ਕਾਉਂਸਲਰ ਨੇ ਜਿਹੜੇ ਮਤਲਬ ਹਰ ਬੱਚੇ ਨੂੰ ਅਸੀਂ ਇੱਕ ਸਪੈਸ਼ਲ ਮਤਲਬ ਸਾਡੇ ਲਈ ਹਰ ਬੱਚਾ ਜਿਹੜਾ ਉਹ ਸਪੈਸ਼ਲ ਹੈ ਹਰ ਬੱਚੇ ਨੂੰ ਅਸੀਂ ਸਪੈਸ਼ਲ ਧਿਆਨ ਦਿੰਦੇ ਹਾਂ ਕਿਸ ਸਨੇਹਤ ਨਾਲ ਚਾਹੁੰਦੇ ਤੁਸੀਂ ਸਟੂਡੈਂਟਸ ਕਰਾਣਾ ਹੈ ਸਟੂਡੈਂਟਸ ਨੂੰ ਸਟੂਡੈਂਟਸ ਨੂੰ ਮੈਂ ਇਹੀ ਸੁਨੇਹਾ ਦਿਆਂਗੀ ਕਿ ਤੁਸੀਂ ਸਾਡੇ ਫਿਊਚਰ ਲੀਡਰਸ ਹੋ ਤੇ ਤੁਹਾਡੇ ਥਰੂ ਹੀ ਸਾਡਾ ਦੇਸ਼ ਜਿਹੜਾ ਤਰੱਕੀ ਕਰੇਗਾ ਤੇ ਉਹਨਾਂ ਨੂੰ ਆਪਣੇ ਮਾਤਾ ਪਿਤਾ ਦਾ ਆਪਣੇ ਟੀਚਰਸ ਦਾ ਸਭ ਦਾ ਆਦਰ ਕਰਨਾ ਚਾਹੀਦਾ ਵੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਵੈ ਖੇਡਾਂ ਵਿੱਚ ਜਿਆਦਾ ਤੋਂ ਜਿਆਦਾ ਯੋਗਦਾਨ ਦੇਣ ਤਾਂ ਕਿ ਅਸੀਂ ਉਹਨਾਂ ਦੇ ਥਰੂ ਇੱਕ ਵਧੀਆ ਭਾਰਤ ਦੇਖ ਸਕੀਏ ਜੀ ਧੰਨਵਾਦ ਧੰਨ